ਅਜੇ ਇਰਾਕ ਦੀ ਅੰਦਰੂਨੀ ਖਾਨਾਜੰਗੀ ਦਾ ਅਸਰ ਭਾਰਤੀਆਂ ਦੇ ਉੱਤੇ ਖਤਮ ਨਹੀਂ ਹੋਇਆ ਸੀ ਕਿ ਲੀਬੀਆ ਦੀ ਅੰਦਰੂਨੀ ਜੰਗ ਦਾ ਅਸਰ ਭਾਰਤੀਆਂ ਦੇ ਉੱਤੇ ਦਿਖਣਾ ਸ਼ੁਰੂ ਹੋ ਗਿਆ। ਲੀਬੀਆ ਦੇ ਵਿੱਚ ਚੱਲ ਰਹੀ ਅੰਦਰੂਨੀ ਖਾਨਾਜੰਗੀ ਕਰਕੇ ਉੱਥੇ ਬੈਠੇ ਕਈ ਨੌਜਵਾਨ ਭਾਰਤ ਆਉਣ ਦੇ ਲਈ ਲੀਬੀਆ ਦੇ ਏਜੰਟਾਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਆ ਰਹੇ ਨੇ। ਕੁਝ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਲੀਬੀਆ ਤੋਂ ਇਟਲੀ ਸਮੁੰਦਰ ਰਸਤੇ ਜਾਂਦੇ ਹੋਏ 50 ਤੋਂ ਵੱਧ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗੁਆ ਬੈਠੇ। ਇਹਨਾਂ ਵਿੱਚੋਂ ਕੁਝ ਪੰਜਾਬ ਦੇ ਵੀ ਰਹਿਣ ਵਾਲੇ ਦੱਸੇ ਜਾ ਰਹੇ ਨੇ। ਲੀਬੀਆ ਵਿੱਚ ਚੱਲ ਰਹੇ ਅੰਦਰੂਨੀ ਖਾਨਾਜੰਗੀ ਦਾ ਸੇਕ ਪੰਜਾਬ ਦੇ ਕਈ ਨੌਜਵਾਨਾਂ ਨੂੰ ਵੀ ਚੱਲਣਾ ਪੈ ਰਿਹਾ ਹੈ। ਰੋਜ਼ੀ ਰੋਟੀ ਖਾਤਰ ਲੀਬੀਆ ਗਏ ਕਈ ਨੌਜਵਾਨ ਇਸ ਘਰੇਲੂ ਜੰਗ ਦਾ ਸੰਤਾਪ ਚੱਲ ਰਹੇ ਨੇ। ਇਸ ਸੰਤਾਪ ਤੋਂ ਬਚਣ ਲਈ ਭਾਰਤ ਵਾਪਸ ਪਰਤਣਾ ਚਾਹੁੰਦੇ ਬਹੁਤੇ ਨੌਜਵਾਨ ਲੀਬੀਆ ਦੇ ਏਜੰਟਾਂ ਦੀ ਭੇਟ ਚੜ੍ਹ ਰਹੇ ਨੇ। ਲੀਬੀਆ ਤੋਂ ਸਮੁੰਦਰੀ ਰਸਤੇ ਇਟਲੀ ਜਾਂਦੇ ਹੋਏ 50 ਦੇ ਕਰੀਬ ਨੌਜਵਾਨ ਤਾਂ ਇੱਕ ਹਾਦਸੇ ਵਿੱਚ ਵੀ ਜਾਨ ਗੁਆ ਚੁੱਕੇ ਨੇ। ਇਹਨਾਂ ਨੌਜਵਾਨਾਂ ਵਿੱਚ ਕੁਝ ਨੌਜਵਾਨ ਪੰਜਾਬ ਨਾਲ ਸੰਬੰਧਿਤ ਨੇ। ਲੀਬੀਆ ਦੀ ਇਸ ਖਾਨਾਜੰਗੀ ਦੌਰਾਨ ਬਚ ਕੇ ਪੰਜਾਬ ਆਏ ਇਕਬਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਉਹ ਉੱਥੋਂ ਦੀ ਕੰਪਨੀ ਮੁਸਤਕਾਬਲ ਵਿੱਚ ਸੁਪਰਵਾਈਜ਼ਰ ਵਜੋਂ ਨੌਕਰੀ ਕਰਦਾ ਸੀ। ਲੀਬੀਆ ਦੀ ਘਰੇਲੂ ਲੜਾਈ ਤੋਂ ਬਾਅਦ ਇਹ ਕੰਪਨੀ ਬੰਦ ਹੋ ਗਈ। ਇਸ ਦੌਰਾਨ ਕੰਪਨੀ ਦਾ ਕੰਮ ਕਰਦੇ 7 ਨੌਜਵਾਨਾਂ ਨੇ ਇੱਕ ਏਜੰਟ ਦੇ ਜ਼ਰੀਏ ਇਟਲੀ ਜਾਣ ਦਾ ਮਨ ਬਣਾਇਆ। ਇਕਬਾਲ ਸਿੰਘ ਮੁਤਾਬਕ ਉਸਨੇ ਉਹਨਾਂ ਨੌਜਵਾਨਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਏਜੰਟ ਦੇ ਧੱਕੇ ਚੜ੍ਹੇ ਇਹ ਨੌਜਵਾਨ ਸਮੁੰਦਰੀ ਰਸਤੇ ਇਟਲੀ ਜਾਣ ਸਮੇਂ ਕਿਸ਼ਤੀ ਹਾਦਸੇ ਦਾ ਸ਼ਿਕਾਰ ਬਣ ਗਏ। ਇਹ ਨੌਜਵਾਨ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਨਾਲ ਸੰਬੰਧਿਤ ਨੇ। ਕੁਝ ਨੌਜਵਾਨ ਇਸ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਵੀ ਹੋਏ ਨੇ। ਲੀਬੀਆ ਮੈਂ ਅਲ ਮੁਸਤਕਬਲ ਕੰਪਨੀ ਮੈਂ ਇੰਚਾਰਜ ਥਾ। ਮੇਰੇ ਪਾਸ 72 ਇੰਡੀਅਨ ਆਦਮੀ ਸੇ ਜਿਨਮੇ ਸੇ 7 ਆਦਮੀ ਕਿਸੀ ਏਜੰਟ ਕੇ ਚੱਕਰ ਮੇਂ ਫਸ ਗਏ, ਉਹ ਇਟਲੀ ਜਾਣੇ ਕੇ ਲੀਏ। ਬਾਕੀ 65 ਆਦਮੀ ਅਸੀਂ ਵਾਪਸ ਇੰਡੀਆ ਆ ਗਏ। ਇੰਡੀਅਨ ਸਰਕਾਰ ਦੀ ਮਦਦ ਨਾਲ ਅਸੀਂ ਆਪਣੇ ਘਰੋਂ ਘਰੀ ਸਾਰੇ ਆਦਮੀ ਠੀਕ ਠਾਕ ਪਹੁੰਚ ਗਏ ਹਾਂ। ਬਾਕੀ ਇਹ ਜੋ 7 ਆਦਮੀ ਥੇ ਉਨਮੇਂ ਸੇ 4 ਆਦਮੀ ਰਸਤੇ ਮੇਂ ਕਿਸ਼ਤੀ ਫਟਨੇ ਸੇ 4 ਆਦਮੀ ਡੂਬ ਗਏ, 3 ਆਦਮੀ ਜੋ ਬਚ ਕੇ ਇਟਲੀ ਪਹੁੰਚ ਗਏ ਹਾਂ। ਲੀਬੀਆ ਗਏ ਬਟਾਲਾ ਦੇ ਪਿੰਡ ਦਾਬਾਵਾਲਾ ਦੇ ਸੁਖਦੇਵ ਸਿੰਘ ਦੇ ਘਰ ਵਿੱਚ ਵੀ ਡਰ ਅਤੇ ਸਹਿਮ ਦਾ ਮਾਹੌਲ ਹੈ। ਜਦੋਂ ਉਹਨਾਂ ਨੂੰ ਇਕਬਾਲ ਸਿੰਘ ਤੋਂ ਲੀਬੀਆ ਦੇ ਹਾਲਾਤਾਂ ਬਾਰੇ ਪਤਾ ਲੱਗਾ ਤਾਂ ਉਹ ਦਿਨ ਰਾਤ ਸੁਖਦੇਵ ਦੀ ਸੁਰੱਖਿਅਤ ਵਾਪਸੀ ਲਈ ਅਰਦਾਸਾਂ ਕਰ ਰਹੇ ਨੇ। ਸੁਖਦੇਵ ਸਿੰਘ ਦੇ ਪਰਿਵਾਰ ਮੁਤਾਬਕ ਸੁਖਦੇਵ ਸਿੰਘ ਕੁਝ ਸਾਲ ਪਹਿਲਾਂ ਲੀਬੀਆ ਗਿਆ ਸੀ। ਸੁਖਦੇਵ ਸਿੰਘ ਨੇ 15 ਅਗਸਤ ਨੂੰ ਘਰ ਫੋਨ ਕਰਕੇ ਦੱਸਿਆ ਕਿ ਕੰਪਨੀ ਬੰਦ ਹੋਣ ਤੋਂ ਬਾਅਦ ਹੁਣ ਉਹ ਇੱਕ ਏਜੰਟ ਨੂੰ $1,000 ਦੇ ਕੇ ਲੀਬੀਆ ਜਾ ਰਿਹਾ ਹੈ, ਪਰ ਉਸ ਤੋਂ ਬਾਅਦ ਹੁਣ ਤੱਕ ਸੁਖਦੇਵ ਸਿੰਘ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। 1.5 ਸਾਲ ਤੋਂ ਉੱਥੇ ਰਹਿ ਰਿਹਾ ਸੀ ਲੀਬੀਆ, ਕੰਮ ਕਰ ਰਿਹਾ ਸੀ ਅਤੇ 10-12 ਦਿਨ ਸੀ, ਸਾਨੂੰ ਫੋਨ ਨਹੀਂ ਆਇਆ ਅਤੇ ਕੱਲ੍ਹ ਸਾਨੂੰ ਪਹਿਲਾਂ ਇਕਬਾਲ ਸਿੰਘ ਢਿੱਲੋਂ ਉਹਨਾਂ ਭਾਅ ਜੀ ਨੇ ਦੱਸਿਆ ਵੀ ਉਹ ਇੱਦਾਂ ਕਿਸ਼ਤੀ ਪਲਟ ਗਈ ਉੱਥੇ, ਜਿਹੜੀ ਬੋਰਡ ਦੇ ਵਿੱਚ ਉਹਨਾਂ ਲਿਮਿਟ ਤੋਂ ਵੱਧ ਬੰਦੇ ਬਾਹਰ ਇਟਲੀ ਵਾਸਤੇ ਖੜ੍ਹੇ ਸੀ, ਇੱਕ 1,000 ਇਹਨਾਂ ਡਾਲਰ ਇਹਨਾਂ ਕੋਲੋਂ ਲੈ ਲਿਆ ਸੀ ਏਜੰਟ ਨੇ ਅਤੇ ਕਿਸ਼ਤੀ ਰਾਹ ਵਿੱਚ ਜਿਹੜੀ ਬੋਟ ਹੈ ਉਹ ਫਟ ਗਈ ਹੈ ਮਤਲਬ ਅਤੇ ਰੁੜ ਗਏ, ਬਾਕੀ ਜਿਹੜੇ ਬੰਦੇ ਬਚੇ ਆ ਉਹ ਨਾਲ ਲਮਕ ਲੁਮਕ ਕੇ ਬਚੇ, 16 ਘੰਟੇ ਪਾਣੀ 'ਚ ਰਹੇ ਆ। ਏਜੰਟ ਨੇ ਸਾਡੇ ਨਾਲ ਧੋਖਾ ਕਰਦਾ ਬੜਾ ਵੱਡਾ ਅਤੇ ਉਹ ਮਤਲਬ ਖਤਮ ਹੋ ਗਏ 4 ਮੁੰਡੇ, ਸਾਨੂੰ ਲੱਭੇ ਮੁੱਗੇ ਵਰਤੋਂ ਖਬਰ ਆਈ ਆ, ਮਤਲਬ ਤੁਹਾਡਾ ਆਦਮੀ ਸੁਖਦੇਵ ਸਿੰਘ ਮੁੱਕ ਗਏ ਆ ਅਤੇ ਅੱਧੀ ਬੇੜੀ ਪਾੜ ਗਈ, ਅੱਧੇ ਗਾੜੀ ਚਲ ਗਏ, ਜਿਹੜੇ 3 ਜਣੇ ਬਚੇ ਸੀ ਉਹ ਗਾੜੀ ਚਲ ਗਏ ਆ। ਸੁਖਦੇਵ ਸਿੰਘ ਦੀ ਤਰ੍ਹਾਂ ਪੰਜਾਬ ਦੇ ਹੋਰ ਵੀ ਕਈ ਨੌਜਵਾਨ ਲੀਬੀਆ ਦੇ ਘਰੇਲੂ ਜੰਗ ਦਾ ਸ਼ਿਕਾਰ ਹੋ ਗਏ ਨੇ, ਪਰ ਅਜੇ ਤੱਕ ਲੀਬੀਆ ਵੱਲੋਂ ਇਸ ਸੰਬੰਧੀ ਕੋਈ ਵੀ ਜਾਣਕਾਰੀ ਭਾਰਤ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਗਈ। ਚਿੰਤਾ ਵਿੱਚ ਫਸੇ ਅਜਿਹੇ ਨੌਜਵਾਨਾਂ ਦੇ ਪਰਿਵਾਰ ਹੁਣ ਸਰਕਾਰ ਨੂੰ ਅਪੀਲ ਕਰ ਰਹੇ ਨੇ ਕਿ ਉਹ ਇਸ ਸੰਬੰਧੀ ਉੱਥੋਂ ਦੀ ਸਰਕਾਰ ਦੇ ਨਾਲ ਗੱਲ ਕਰਕੇ ਉਹਨਾਂ ਦੇ ਨੌਜਵਾਨਾਂ ਬਾਰੇ ਪਤਾ ਲਗਾਉਣ। ਅੰਮ੍ਰਿਤਸਰ ਤੋਂ ਕੈਮਰਾਮੈਨ ਸਿਕੰਦਰ ਅਤੇ ਪੱਤਰਕਾਰ ਰਾਜਨ ਗੁਸਾਈ ਨਾਲ ਕੌਮਿਤਾ ਮਿਨਹਾਸ, ਡੀਐਨ ਨਾਈਟ ਨਿਊਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।